ਸਾਬਤ ਦੇ ਲਿਖੇ ਹੋਏ ਨਹੀਂ ਆਪਣੇ ਪੜਾਏ ਹੋਏ ਸਿੱਖ
ਸਨ। ਦੂਜੇ ਜਿਹੜੇ ਸ਼ਬਦ ਨੇ ਭਾਈ ਹਰ ਸਿੰਘ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਾਤਾ ਦੇ ਹਰ ਨੂੰ ਡਾਇਰੀ ਲਿਖਣ ਵਾਲਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਰੋਜ਼ ਦੇ ਬਚਨ ਲਿਖਦਾ ਸੀ ਕਿ ਗੁਰੂ ਸਾਹਿਬਾਂ ਨੇ ਕਿਸੇ ਸਿਰ ਨੇ ਕੀ ਬੇਨਤੀ ਕੀਤੀ, ਗੁਰੂ ਸਾਹਿਬਾਂ ਨੇ ਜੋ ਕਿ ਉਹਦੇ ਸਤਿਗੁਰੂ ਦੇ ਜਵਾਬ ਵਿੱਚ ਕੀ ਉਹਦਾ ਜਵਾਬ ਦਿੰਦਾ, ਇਹ ਸਾਰੇ ਬਚਨ ਭਾਈ ਹਰ ਸਿੰਘ ਜੀ ਲਿਖਦੇ ਹੁੰਦੇ ਸਨ। ਉਹਨਾਂ ਨੇ ਫਿਰ ਅੱਜ ਸਮੇਂ ਦੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਸਨ, ਉਹਨਾਂ ਨੇ ਆਪਣੇ ਹੱਥ ਦੇ ਪੋਥੀ ਵਿੱਚ ਬਚਨ ਲਿਖੇ ਨੇ। ਕੋਈ ਕਿਸੇ ਤਰ੍ਹਾਂ ਬੋਲਦਾ ਹੈ ਤਾਂ ਕੋਈ ਕਿਸੇ ਤਰ੍ਹਾਂ ਬੋਲਦਾ ਹੈ, ਕਿਤੇ ਹੈ ਗੁਰਪ੍ਰਭ ਨੂੰ ਮਿਲੇ ਹੋ ਚਾਹੇ ਇਹ ਸ਼ਬਦ ਲਿਖਿਆ ਹੋਇਆ, ਹੋਰ ਸ਼ਬਦ ਨੇ ਗਏ ਜਿਹੜਾ ਗੁਰੂ ਨੂੰ ਮਿਲਣਾ ਚਾਹੁੰਦਾ ਉਹ ਭਾਈ ਦੀ ਪ੍ਰਚਾਰ ਸ਼ਬਦ ਦੇ ਵਿੱਚੋਂ ਗੁਰੂ ਦੀ ਬੋਲੀ ਨੂੰ ਸਮਝ ਲੱਗਦਾ ਹੈ। ਸੋ ਬਹੁਤ ਜਿਹੜੇ ਗੁਰਮੁਖ ਜਿਹਨਾਂ ਨੂੰ ਵਿਸ਼ਵਾਸ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਬੜੇ ਦੋਸਤ ਹੋਏ ਨੇ ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਰਮੇਸ਼ਰ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ। ਅੱਜ ਵੀ ਜਿਹੜੇ ਮਹਾਂਪੁਰਸ਼ ਸੰਸਾਰ ਵਿੱਚ ਗੁਰੂ ਸੰਸਾਰ ਨਾਮ ਦੇਵਾ ਨੇ, ਜਿਹਨਾਂ ਦੀ ਗੁਰੂ ਦੀ ਕਿਰਪਾ ਹੈ ਜਾਂ ਜਿਹਨਾਂ ਦੇ ਅੰਦਰ ਪ੍ਰੇਮਾ ਭਗਤੀ ਹੈ, ਗੁਰੂ ਦਾ ਪਿਆਰ ਹੈ, ਉਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰੂਪ ਮੰਨਦੇ। ਸਿੱਖ ਇਤਿਹਾਸ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਜਾਂ ਬਹੁਤ ਸਾਰੇ ਐਸੇ ਗੁਰੂ ਸਿੱਖ ਇਤਿਹਾਸ ਦੇ ਅੰਦਰ ਤੁਹਾਨੂੰ ਗੱਲਾਂ ਮਿਲਣਗੀਆਂ ਜਿਹੜੀਆਂ ਗੁਰੂ ਦੇ ਵਿਸ਼ਵਾਸ ਵਾਲੇ ਪ੍ਰਸਿੱਧ ਹੋਏ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਦੇਸ਼ ਦਾ ਰੂਪ ਹੋ ਕੇ ਮਿਲੇ। ਮਹਾਰਾਜਾ ਰਣਜੀਤ ਸਿੰਘ ਦੇ ਸਹਿਕਾਰ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਵਰਤਾਨ ਦਾ ਕਿਲ੍ਹਾ ਫਤਿਹ ਨਹੀਂ ਸੀ ਹੁੰਦਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਫੌਜਾਂ ਲੈ ਕੇ ਜਦੋਂ ਚੜ੍ਹਾਈ ਕੀਤੀ ਤਾਂ ਰਸਤੇ ਦੇ ਵਿੱਚ ਇੱਕ ਦਰਿਆ ਵਿੱਚ ਕਿਤੇ ਛੋਟਾ ਜਿਹਾ ਇੱਕ ਗੁਰਦੁਆਰਾ ਸੀ, ਉਸ ਗੁਰਦੁਆਰੇ ਦੇ ਡਾਕ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਦਾ ਰਾਣਾ ਕੀਤਾ, ਉੱਥੇ ਪ੍ਰਸ਼ਾਦਾ ਪਾਣੀ ਛੱਡਿਆ। ਉਹਦੇ ਤੋਂ ਬਾਅਦ ਛੋਟਾ ਜਿਹਾ ਕਮਰਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਸੀ, ਉੱਥੇ ਦਾ ਗ੍ਰੰਥੀ ਨਿਕਾ ਸੀ ਜਿਹੜਾ ਉਸ ਸਥਾਨ ਦੀ ਸੇਵਾ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਗ੍ਰੰਥੀ ਨਿਕਾ ਸਿੰਘ ਨੂੰ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਨਤੀ ਕਰੋ ਮੇਰਾ ਵਰਤਾਨ ਦਾ ਕਿਲ੍ਹਾ ਫਤਿਹ ਹੋ ਗਿਆ। ਉਹ ਜਿਹੜਾ ਗ੍ਰੰਥੀ ਸਿੰਘ ਸੀ ਉਹ ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਨ ਵਾਲੇ ਗੁਰਮੁਖ ਸਨ, ਸਤਿਆਵਾਨ ਸਨ, ਆਪਣੇ ਦਰਿਆ ਸ਼ੁੱਧ ਰੱਖਣ ਵਾਲੇ ਗੁਰਮੁਖ ਸਨ, ਭਾਵੇਂ ਕਲਯੁਗ ਦੇ ਪ੍ਰਭਾਵ ਕਰਮ ਹੋ ਚੁੱਕੀਆਂ ਨੇ, ਗੁਰੂ ਦੇ ਸ਼ਰਧਾ ਕਰਮ ਹੋ ਚੁੱਕੀ ਹੈ, ਬਹੁਤ ਸਾਰੇ ਗੁਰੂ ਦੇ ਸੇਵਾ ਕਰਨ ਵਾਲੇ ਜਿਹੜੇ ਗੁਰਮੁਖ ਦੇ ਨੇੜੇ ਰਹਿਣ ਵਾਲੇ ਨੇ ਉਹਨਾਂ ਵਿੱਚ ਦਰਿਆ ਕਰਮ ਹੋ ਚੁੱਕੀਆਂ ਨੇ, ਫਿਰ ਵੀ ਜਿਹੜੇ ਸਵਾਸਥ ਕਰਿਆ ਰੱਖੀ ਗੁਰੂ ਦਾ ਪੈਰ ਵਾਲੇ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਗੁਰਮੁਖਾਂ ਨੂੰ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇ ਰੂਪ ਦੇ ਵਿੱਚ ਦਰਕਾਰੀ ਦੇ ਰਹੇ। ਉਹ ਗੁਰਮੁਖ ਨੇ ਬੜੀ ਸ਼ੁੱਧ ਭਾਵਨਾ ਦੇ ਨਾਲ ਨਿਰਮਲ ਹੋ ਕੇ ਬੜਾ ਪ੍ਰਸਾਦੀ ਦੇ ਤਿਆਰ ਕਰਕੇ ਮਹਾਰਾਜਾ ਰਣਜੀਤ ਸਿੰਘ ਜੀ ਸਾਹਮਣੇ ਖੜਾ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿ ਰਾਜਾ ਆਪਦੇ ਚਰਨਾਂ ਨੂੰ ਬੇਨਤੀ ਕਰਦਾ, ਤੇਰਾ ਮਹਾਰਾਜ ਪ੍ਰਸਾਦ ਦਾ ਕਿਹਾ ਫਤਿਹ ਨਹੀਂ ਹੁੰਦਾ, ਤੁਹਾਡੀ ਮੇਰੇ ਬਖਸ਼ਿਸ਼ ਤੋਂ ਬਿਨਾਂ ਇਹ ਕਾਰਜ ਹੋ ਨਹੀਂ ਸਕਦਾ, ਆਪ ਦੀ ਕਿਰਪਾ ਕਰਕੇ ਇਹਦਾ ਪ੍ਰਸਾਦ ਦਾ ਕਿਹਾ ਫਤਿਹ ਕਰ। ਉਸ ਵੇਲੇ ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਹੁਕਮਨਾਮਾ ਲੈ ਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਕਿਲ੍ਹੇ ਦੀ ਚੜ੍ਹਾਈ ਕੀਤੀ ਤੇ ਮੁਲਤਾਨ ਦਾ ਕਿਲ੍ਹਾ ਫਤਿਹ ਹੋ ਗਿਆ। ਕਿਲ੍ਹਾ ਫਤਿਹ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਾਪਸ ਉਸੇ ਸਥਾਨ
ਤੇ ਪਿਆਇਆ ਪ੍ਰਸਥਾਨ ਤੇ ਆਪਣੇ ਤੇ ਕੋਲਾਂ ਨੇ ਮੁਰਤੇ ਤੰਬੂ ਲਾਏ ਆਪਣਾ ਜਲ ਪਾਣੀ ਪ੍ਰਸ਼ਾਦਾ ਜੋਗੀ ਸਰਕਾਰ ਦੀ ਸਜਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸੁਕਰਾਨਾ ਕੀਤਾ ਸੁਕਰਾਨਾ ਕਰਨ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਦੋਨੋਂ ਮਿਲੇ ਉਸ ਰਾਤੀ ਨਿਕਾਹ ਦੇ ਵਚਨ ਕਰਕੇ ਕਹਿਣ ਲੱਗਿਆ ਕਿ ਤੁਹਾਡੇ ਇਸ ਗੁਰਦੁਆਰੇ ਨੂੰ ਮੈਂ ਇੱਥੇ ਦਾ ਮੇਰਾ ਪਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਨਾਲ ਫਤਿਹ ਹੋਇਆ ਕਿ ਇਸ ਗੁਰਦੁਆਰੇ ਨੂੰ ਕਿੰਨੀ ਜ਼ਮੀਰ ਲਵਾ ਦੇ ਉਸ ਵੇਲੇ ਉਪਰਾਧੀ ਨਿਕਾਹ ਸਿੰਘ ਮਹਾਰਾਜਾ ਰਣਜੀਤ ਸਿੰਘ ਦੁਆਰਾ ਨਿਗਾਹ ਭਰ ਕੇ ਦੇਖਿਆ ਸਿਰ ਤੋਂ ਪੈਰਾਂ ਤੱਕ ਦੇਖ ਕੇ ਕਹਿਣ ਲੱਗਿਆ ਉਸ ਤਰਤਾ ਮੰਗਤਾ ਬਣ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਨਤੀਆਂ ਕਰਦਾ ਸੀ ਮੇਰਾ ਪਿਆ ਫਤਿਹ ਹੋ ਜਾਵੇ ਅੱਜ ਤੂੰ ਦਾਦਾ ਬਣ ਕੇ ਇੱਥੇ ਦਾਸ ਕਰਨ ਵਾਸਤੇ ਆਇਆ ਜਾਂ ਜਿਹੜਾ ਤੇਰੇ ਵਿਲੇ ਫਤਿਹ ਕਰਵਾ ਸਕਦਾ ਹੈ ਉਹ ਇੱਥੇ ਜ਼ਮੀਰਾਂ ਵੀ ਲਵਾ ਸਕਦਾ ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨਾਂ ਜਿਹਨਾਂ ਮਨੁੱਖਾਂ ਦੀ ਭਾਵਨਾ ਹੁੰਦੀ ਉਹ ਅੱਜ ਵੀ ਮਨੁੱਖੋਂ ਗੁਰੂ ਗ੍ਰੰਥ ਸਾਹਿਬ ਜੀ ਰੂਪ ਹੋਈ ਹੈ ਪਰ ਕੋਈ ਨਹੀਂ ਹੈ ਜਿਸ ਬਾਣੀ ਨਾਲ ਉਹਦੇ ਰਸ ਦਾ ਪ੍ਰਭਾਵ ਠੰਡਾ ਹੋਇਆ ਇਹ ਉਹੀ ਬਾਣੀ ਹੈ ਜਿਸ ਬਾਣੀ ਨਾਲ ਸੱਜਣ ਕਰਵਾਲਿਆਂ ਦੇ ਜਿਹੜੇ ਲੋਕਾਂ ਨੂੰ ਮੰਨਣ ਵਾਲੇ ਕੰਨਿਆਂ ਮਾਰਨ ਵਾਲੇ ਮਾਸਤਾਂ ਉਹ ਮਨ ਗੁਰੂ ਦੇ ਚਰਨਾਂ ਵਿੱਚ ਲਾ ਕੇ ਪ੍ਰੇਮਾ ਭਗਤੀ ਨਾਲ ਬਸ ਦਿੱਤੀ ਬਾਣੀ ਉਹੀ ਹੈ ਬਾਣੀ ਉਹੀ ਹੈ ਜਿਹੜੀ ਭੂਮੀਆਂ ਦੋਨਾਂ ਨੂੰ ਭੂਮੀਆਂ ਵਰਗੇ ਗੁਰਾਂ ਨੂੰ ਸਾਹ ਬਣਾਉਣ ਦਾ ਬਾਣੀ ਹੁੰਦੀ ਹੈ ਇੱਕੋ ਬਾਣੀ ਦਾ ਤੀਰ ਮਾਰਿਆ ਇਸ ਕਰਕੇ ਗੁਰਬਾਣੀ ਦੇ ਤੀਰ ਉਹਨਾਂ ਗੁਰਮੁਖਾਂ ਦੇ ਜਾਂਦੇ ਜਿਹਨਾਂ ਦੇ ਮਨ ਦੇ ਅੰਦਰ ਦਇਆ ਹੁੰਦੀ ਇਹ ਧਨ ਜਿਹੜਾ ਹੈ ਧਨ ਦਇਆ ਤੋਂ ਪੈਦਾ ਹੁੰਦਾ ਜਿਹੜਾ ਧਰਤੀ ਦੇ ਵਿੱਚ ਕੋਈ ਤੀਰ ਮਾਰਦੀ ਜਿੰਨੀ ਧਰਤੀ ਗਰਮ ਹੁੰਦੀ ਹੈ ਉਹਨਾਂ ਡੂੰਘਾ ਤੀਰ ਜਿੰਨੀ ਧਰਤੀ ਸਰਦ ਹੁੰਦੀ ਹੈ ਉਹਦੇ ਵਿੱਚ ਤੀਰ ਦੀ ਮੋਟੀ ਮੁੜ ਜਾਂਦੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੀਰ ਉਹਨਾਂ ਪੁਰਖਾਂ ਦੇ ਜਾਂਦੇ ਨੇ ਜਿਹਨਾਂ ਦੇ ਹਿਰਦੇ ਨਰਮ ਹੁੰਦੇ ਜਿਹਨਾਂ ਦੇ ਹਿਰਦੇ ਦੂਸਰਿਆਂ ਦੇ ਦੁੱਖਾਂ ਨੂੰ ਦੇਖ ਕੇ ਉਹਨਾਂ ਦੇ ਹਿਰਦੇ ਪੰਘ ਜਾਂਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਵੇਂ ਉਹਨਾਂ ਦੀ ਸ਼ਹਾਦਤ ਆਪਣੇ ਧਰਮ ਵਾਸਤੇ ਨਹੀਂ ਸੀ ਦੂਜੇ ਧਰਮ ਵਾਸਤੇ ਸੀ ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਨਹੀਂ ਕਿ ਤੁਸੀਂ ਸਾਡੇ ਸਿੱਖ ਬਣੋ ਤਾਂ ਤੁਹਾਡੀ ਅਸੀਂ ਮਦਦ ਕਰਾਂ ਭਾਵੇਂ ਗੁਰੂ ਗੋਬਿੰਦ ਤੇਗ ਬਹਾਦਰ ਸਾਹਿਬ ਜੀ ਜਲੇਬ ਨਹੀਂ ਸੀ ਪਹਿਨਦੇ ਪਰ ਉਹਨਾਂ ਨੇ ਜਿਹੜਾ ਜਲੇਬ ਜ਼ਬਰਦਸਤੀ ਲਾਉਂਦੇ ਸੀ ਵਿਆਹ ਵੀ ਨਹੀਂ ਦਿੱਤੇ ਇਹ ਦਇਆ ਹੈ ਇਹਨੂੰ ਕਹਿੰਦੇ ਧਰਮ ਕਿਸੇ ਦੇ ਧਰਮ ਦੀ ਖਾਤਰ ਆਪਣਾ ਸਰੀਰ ਦੇ ਦੇਣਾ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਫਿਰ ਉਹਨਾਂ ਨੂੰ ਜਿਹੜੇ ਸ੍ਰੀ ਪਾਠਕ ਸਾਹਿਬ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਸਿੱਖ ਹੋ ਜਾਓ ਅੰਮ੍ਰਿਤ ਛਕ ਲਓ ਇਹ ਵਚਨ ਨਹੀਂ ਕੀਤਾ ਜਿਹੜੇ ਧਰਮ ਦੇ ਗੁਰੂ ਹੈ ਉਸ ਧਰਮ ਦੇ ਪ੍ਰਭਾਵ ਰਹੇ ਤਾਂ ਸਭ ਤੋਂ ਵੱਡੀ ਗੱਲ ਹੈ ਧਰਮ ਕੋਲ ਟੱਕਰ ਚਾਲੀ ਦਾ ਨਾਮ ਨਹੀਂ ਹੈ ਧਰਮ ਦਾ ਸਤਿਗੁਰੂ ਜੀ ਜਨਮ ਸਿੱਧਾ ਹੈ ਗੁਰੂ ਨਾਨਕ ਪਾਤਸ਼ਾਹ ਦੀਆਂ ਸਵਾਲ ਸਿੱਧਾ ਨੇ ਕਿਹਾ ਸਤਿਗੁਰੂ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਸੱਚੇ ਪਾਤਸ਼ਾਹ ਧਰਤੀ ਬਹੁਤ ਨੇ ਸਿੰਘਾਂ ਦੀ ਇਕੱਠੀ ਹੋਈ ਹੈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਠੀਕ ਹੈ ਭਾਈ ਉਹ ਬਹੁਤ ਨੇ ਸਿੰਘਾਂ ਦੀ ਇਕੱਠੀ ਉਹ ਬਹੁਤ ਕਾਹਦੇ ਵਾਸਤੇ ਖੜਾ ਬਹੁਤ ਪਾਸੇ ਤੇ ਖੜਾ ਹੀ ਹੋਊਗਾ ਉਹ ਕਹਿੰਦੇ ਕਿ ਥੱਲੇ ਦੋ ਧਰਤੀ ਹੈ ਕਹਿੰਦੇ ਫਿਰ ਉਹ ਧਰਤੀ ਮੇਰੇ ਇਕੱਠੀ ਹੋਈ ਹੈ ਕਹਿੰਦੇ ਜੀ ਉਹ ਧਰਤੀ ਰੋਡ ਥੱਲੇ ਸਤਿਗੁਰੂ ਜੀ ਕਹਿੰਦੇ ਧਰਤੀ ਹੋਰ ਪਰੇ ਹੋਰ ਹੋਰ ਇਸਦੇ ਭਾਰ ਥੱਲੇ ਕੰਮ ਜੋ ਕਹਿੰਦੇ ਉਹ ਧਰਤੀ ਦੇ ਥੱਲੇ ਭਾਰ ਕਿਹਨੇ ਛੱਡਿਆ ਇਹ ਧਰਤੀ ਕਹਿੰਦੇ ਧਰਮ ਦੇ ਆਸਰੇ ਨਿਕਲੀ ਜਿਹੜਾ ਕੋਲ ਦਿੱਤਾ ਉਹਨੂੰ ਕਿਰਪਾ ਕਰੇ ਧਰਮ ਦੇ ਲੋਕ ਖੜੇ ਹੁੰਦੇ ਧਰਮ ਦੇ ਕੁਛ ਅੰਗ ਹੁੰਦੇ ਨੇ ਜਿਹੜੇ ਕੁਛ ਧਰਮ ਦੇ ਅੰਗ ਤੇ ਰਹਿੰਦੇ ਨੇ ਸਾਥ ਉਹ ਭਾਈ ਸੰਸਾਰ ਦੇ ਲੋਕਾਂ ਜਿਹੜੇ ਤੱਤ
ਪ੍ਰਭਾ ਕਹਿੰਦੇ ਉਦੋਂ ਹੀ ਦਾਤੀ ਬਣੀ ਜਾਂਦੀ ਤੇ ਦਾਤੀ ਲੋੜ ਜਾਂਦੀ ਸਤਿਗੁਰ ਸਾਹਿਬ ਕਹੇ ਸਭ ਕੋਈ ਘਰ ਘਰ ਗੁਰਮੁਖ ਭਗਤ ਸਤਿਗੁਰ ਰੱਖ ਸੰਤੋਖਾ ਧੰਮ ਦੇ ਰਤਬਾ ਸਤਿਗੁਰ ਨਾਮ ਵਰਤਦਾ ਸੀ ਤੇ ਉਹ ਸਾਰੇ ਲੋਕ ਹੀ ਘਰ ਬਣਦੇ ਸੰਤੋਖੀ ਹੁੰਦੇ ਸਨ ਹੁਣ ਕਲਯੁਗ ਦੇ ਵੀ ਘਰ ਖਤਮ ਹੋ ਗਿਆ ਸਤਿਗੁਰ ਰੱਖ ਬੰਧਨ ਰੱਖ ਪੂਰਨ ਅੱਗੇ ਰਤਬਾ ਅਗਲਾ ਰੱਖ ਹੈ ਗੁਰੂ ਕੇ ਲਾਭ ਇਸ ਕਰਕੇ ਸਭ ਤੋਂ ਵੱਡੀ ਸਭ ਹੈ ਗੁਰਮੁਖੋ ਜਿਹੜੇ ਗੁਰਮੁਖ ਧੰਮ ਨਾਲ ਨਹੀਂ ਜੁੜੇ ਉਹ ਧੰਮ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਇਹ ਵੀ ਤਾਂ ਸਾਰੇ ਸਿੱਖੀ ਪਾਏ ਹਨ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿੱਥੇ ਜਿੱਥੇ ਵੀ ਗਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਸੇਵ ਗਲੀ ਖਾਂ ਗਲੀ ਖਾਂ ਬਣ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੋੜਿਆ ਤੇ ਚੱਕ ਆਪ ਗੜ੍ਹ ਦੀ ਆਪਦੇ ਵਿੱਚੋਂ ਚੱਕ ਕੇ ਮਾਸੀ ਬਾਣੇ ਤੋਂ ਲੈ ਕੇ ਲੰਘੇ ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਨੂੰ ਵਸੀਆਂ ਦਿੱਤੀਆਂ ਇਹ ਨਹੀਂ ਕਿਹਾ ਭਾਈ ਤੁਸੀਂ ਸਿੱਖ ਹੋ ਜਾਓ ਉਹਨਾਂ ਨੂੰ ਕਿਹਾ ਤੁਸੀਂ ਆਪਣੇ ਧਰਮ ਤੇ ਪ੍ਰਭਾਵ ਰਾਏ ਬੱਲੇ ਬੱਲੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੇਵਾ ਕੀਤੀ ਪਿੰਡਾਂ ਨਾਲ ਗੁਰਬੰਦ ਖਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬੜਾ ਦੀ ਆਪ ਵਿੱਚ ਉਸ ਵੇਲੇ ਸੇਵਾ ਕੀਤੀ ਗੁਰੂ ਤੋਂ ਵਸਤਾਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਧਰਮਾਂ ਦੇ ਸਰਕਾਰ ਕਹਿੰਦਾ ਹੈ ਕਿਸੇ ਵੀ ਧਰਮ ਦੇ ਵਿੱਚ ਸਤਿਗੁਰੂ ਜੀ ਨੇ ਇੱਥੇ ਨਹੀਂ ਕੀਤੀ ਨਾ ਕਿਸੇ ਧਰਮ ਦੀ ਨਾ ਤਾਂ ਲਿਹਾਜੇ ਕੀਤੀ ਹੈ ਨਾ ਕਿਸੇ ਨੂੰ ਬੁਰਾ ਕੀਤਾ ਸਿੱਖ ਧਰਮ ਨੂੰ ਸ਼ੁਰੂ ਦੱਸੇ ਨੇ ਸਿੱਖ ਧਰਮ ਗੁਰ ਸਤਿਗੁਰ ਕਾਜੋ ਸਿੱਖ ਆਪਣਾਏ ਤੋਂ ਭੜਕੇ ਉੱਠਾ ਨਾਮ ਲਿਆ ਉਤਮ ਕਰੇ ਭੜਕੇ ਪ੍ਰਭਾਤੀ ਇਸਨਾਮ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਮਹਾਰਾਜ ਦੇ ਪੰਜਾਬ ਹੈ ਸਭ ਕੇਵਲ ਪਾਪ ਤੋਂ ਮਿਲਿਆ ਜਾਵੇ ਤੇ ਚੜੇ ਦੇ ਵਿੱਚ ਉੱਪਰ ਬਾਣੀ ਕਾਰਨ ਮਹਿੰਦੀਆਂ ਉੱਠਦੀਆਂ ਹਨ ਨਾਮ ਲਿਆ ਜੋ ਸਾਫ ਸਰਾਸ ਤੇ ਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵ ਹੈ ਜਿਸ ਨੂੰ ਤਿਆਰ ਹੋਏ ਮੇਰਾ ਸੁਆਮੀ ਇਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਾਂ ਨਾਨਕ ਹੋਰ ਮੰਗੇ ਇਸ ਗੁਰ ਸਿੱਖ ਦੀ ਜੋ ਆਪ ਮੇਰਾ ਨਾਮ ਪਾਵੇ ਦੂਸਰੇ ਪਾਸੇ ਮੁਸਲਮਾਨਾਂ ਨੂੰ ਵੀ ਸਤਿਗੁਰੂ ਜੀ ਨੇ ਇਹ ਪ੍ਰਮਾਣ ਦਿੱਤਾ ਹੈ ਮੁਸਲਮਾਨ ਮੋਹ ਦੇ ਭੋਲੇ ਅੰਤਰ ਕੀ ਮਨ ਦੇ ਤੇ ਭੋਲੇ ਦੁਨੀਆਂ ਰੰਗ ਦੇ ਆਪਣੇ ਨੇੜੇ ਜਿਉਂ ਪਿਓ ਕਸਮ ਪਰ ਪਾਠ ਕਰ ਪੰਜ ਨਮਾਜ਼ਾਂ ਪੰਜ ਵਾਰ ਪੰਜਾਂ ਪਰ ਦੇ ਨਾਲ ਪਹਿਲਾ ਸੱਚ ਹਲਾਲ ਹੋਏ ਤੀਜਾ ਖੈਰ ਗੁਜ਼ਾਰ ਚੌਥਾ ਜੀਵ ਰਾਸ ਪੰਜਵੀਂ ਸਿਰਤ ਸੁਣਾਏ ਕਰਨੀ ਕਰਨਾ ਸਾਧਕੇ ਮੁਸਲਮਾਨ ਸਦਾਏ ਸਤਿਗੁਰੂ ਜੀ ਹਿੰਦੂਆਂ ਵਾਸਤੇ ਵੀ ਪ੍ਰਚਨ ਕੀਤਾ ਬ੍ਰਾਹਮਣ ਸੋ ਜੋ ਮਿਲਦਾ ਬ੍ਰਾਹਮਣ ਯਾਦਵ ਸੰਜਮ ਕਮਾਵੈ ਕਰਮ ਸੀਰ ਸੰਤੋਖ ਘਰ ਪਟੇ ਧਰਮ ਬੰਧਨ ਲੋੜੈ ਲੋਕਾਂ ਮੁਕਤ ਸੋਈ ਬ੍ਰਾਹਮਣ ਰੂਪਾਂ ਲੋ ਇਹ ਜਿਹੜਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਾਰਿਆਂ ਧਰਮਾਂ ਵਾਸਤੇ ਦਿੱਤਾ ਕਰੀ ਬ੍ਰਾਹਮਣ ਸ਼ੁਰੂ ਬੈਸ ਉਪਦੇਸ਼ ਕਿਉਂ ਵਰਨਾ ਪਸੰਦ ਤੁਸੀਂ ਮਸੀਤ ਵਿੱਚ ਰਹਿ ਜਾਓ ਮੁਸਲਮਾਨ ਦੀ ਮਸੀਤਾਂ ਦਾ ਇੱਕ ਦਰਵਾਜ਼ਾ ਹੁੰਦਾ ਉਹਦਾ ਦਰਵਾਜ਼ਾ ਇੱਕ ਜਦੋਂ ਹਮਲ ਤੇ ਜਾਵਾਂਗੇ ਹਿੰਦੂ ਧਰਮ ਦਾ ਮੰਦਰ ਹੈ ਉਹਦਾ ਦਰਵਾਜ਼ਾ ਵੀ ਇੱਕ ਹੁੰਦਾ ਉਹਦਾ ਮਤਲਬ ਹੈ ਕਿ ਇੱਕ ਬੰਦ ਦੇ ਲੋਕ ਹੀ ਇੱਥੇ ਆ ਸਕਦੇ ਇਹ ਮੁਸਲਮਾਨਾਂ ਦੀ ਮਸੀਤ ਹੈ ਤਾਂ ਕਦੇ ਮੁਸਲਮਾਨ ਹੀ ਜਾਂਦੇ ਦੂਸਰਾ ਧਰਮ ਉੱਥੇ ਵੀ ਜਾਣਾ ਹੈ ਜਿਹੜੇ ਮੰਦਰ ਹੈ ਮੰਦਰਾਂ ਵਿੱਚ ਇੱਕੋ ਧਰਮ ਦੇ ਲੋਕ ਹਿੰਦੂ ਲੋਕ ਜਾ ਕੇ ਪੂਜਾ ਕਰਦੇ ਹੈ ਉੱਥੇ ਮੁਸਲਮਾਨ ਲੋਕ ਨਹੀਂ ਜਾਂਦੇ ਜਿਹੜੇ ਸਿੱਖ ਧਰਮ ਦੇ ਸਥਾਨ ਨੇ ਦਰਬਾਰ ਸਾਹਿਬ ਚਲੇ ਜਾਓ ਚਾਰ ਦਰਵਾਜ਼ੇ ਮਹੱਲੇ ਦੇ ਚਾਰਾਂ ਪਾਸੇ ਜਿਹੜੇ ਹੋਰ ਵੀ ਕਿਸੇ ਹਿੰਦੂ ਸਾਹਿਬ ਚਲੇ ਜਾਓ ਚਾਰ ਦਰਵਾਜ਼ੇ ਮਹੱਲੇ ਚਾਰ ਦਰਵਾਜ਼ਿਆਂ ਦਾ ਮਤਲਬ ਹੈ ਚੌਹਾਂ ਪਾਸਿਆਂ ਚੌਹਾਂ ਪਾਸਿਆਂ ਨੂੰ ਚਾਰਾਂ ਪਾਸਿਆਂ ਦੇ ਲੋਕ ਇਹਦੇ ਨਾਲ ਭੇਸ ਭਾਵ ਦੇ ਜਾ ਕੇ ਮੱਥਾ ਟੇਕ ਸਕਦੇ
ਇਹਨੇ ਮਹਾਂਪੁਰਸ਼ਾਂ ਦੇ ਬੇਸਾਥ ਸਿਮਰਤੀਆਂ ਪ੍ਰਾਣ ਰਚੇ ਨੇ ਉਹ ਸਾਰੇ ਮਨੋਵਿਗਿਆਨੀ ਦੇ ਭਲੇ ਵਾਸਤੇ ਹੀ ਰਚੇ ਕਿਉਂਕਿ ਜੀਵ ਦੇ ਪੰਜਾਬ ਕਰਕੇ ਬਾਣੀ ਸਤਿਗੁਰੂ ਜੀ ਨੇ ਕਰ ਜਿਹੜਾ ਵੀ ਮਨੁੱਖ ਇਸ ਬਾਣੀ ਦੇ ਤੁਰੇਗਾ ਇਹ ਬਰਾੜ ਮਾਨ ਪ੍ਰੇਮ ਜਿਹੜੀਆਂ ਰੱਬੀ ਪ੍ਰੇਮ ਵਿੱਚ ਰੱਬੀਆਂ ਹੋਣਾ ਵਿਸ਼ਵਾਸ ਹੈ ਉਹਨਾਂ ਦੇ ਰੱਬੀਆਂ ਤੋਂ ਬਾਣੀ ਨਿਕਲੀ ਹੈ ਜਿਹੜਾ ਵੀ ਆਪਣੇ ਹਿਰਦੇ ਦੀ ਸਰੂਗਾ ਉਹ ਵੀ ਹਿਰਦੇ ਦੇ ਬਰਾੜ ਪੈਦਾ ਹੋ ਸਕਦਾ ਕਿਉਂਕਿ ਬਰਾੜ ਮਾਨ ਲੋਕਾਂ ਦੇ ਹਿਰਦੇ ਤੋਂ ਬਾਣੀ ਨਿਕਲੀ ਸੋ ਜਿਹੜੇ ਦੋਨੋਂ ਬਾਣੀ ਨਾਲ ਜੁੜਦੇ ਹੈ ਸਤਿਗੁਰੂ ਜੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਬੱਚੇ ਐਸੇ ਮਿਲਦੇ ਹੈ ਫਿਰ ਮਨੁੱਖ ਨੂੰ ਜੀਵਨ ਦੇ ਸੇਧ ਦੇਣੀ ਹੈ ਜਿੱਥੋਂ ਮਨੁੱਖ ਆਇਆ ਕਿੱਥੋਂ ਆਇਆ ਇਹ ਕਿੱਥੇ ਪੁੱਛਣ ਕਿ ਸੰਸਾਰ ਵਿੱਚ ਸੁੱਖ ਲੈ ਕੇ ਕੀ ਮਨੁੱਖ ਗਾਹ ਵਾਸਤੇ ਵੀ ਉਹਨੂੰ ਸੁੱਖੇ ਰਹਿੰਦੇ ਜੇ ਗੁਰੂ ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਧਿਆਨ ਪਾਠ ਆਪਣੇ ਵੱਲ ਵਿਵੇਕ ਪ੍ਰਚਾਰ ਕਰੋ ਜਿੰਨੇ ਵੱਲ ਗੁਰੂ ਸਾਹਿਬ ਦੇ ਪਾਠ ਜਾਣਾ ਸਭ ਸੰਗਤ ਦਾ ਸ਼ੁਕਰ ਕਰੋ ਆਹ ਕਹਾਣ ਤੋਂ ਬਾਅਦ ਬਾਣੀ ਪੜ੍ਹੇ ਜਾਂਦਾ ਵਾ ਆਨਲਾਈਨ ਕਰੋ ਨਹੀਂ ਹੁੰਦੀ ਅਨੰਦ ਪ੍ਰਸਾਦ ਪੜ੍ਹੇ ਹੰਕਾਰ ਨਰਕ ਸਭ ਤੋਂ ਦਰਸ਼ਨ ਕਰਤਾ ਇਹ ਵੀ ਤਪੱਸਿਆ ਕਰਕੇ ਹੰਕਾਰ ਨਹੀਂ ਹੁੰਦਾ ਹੰਕਾਰ ਮਨ ਦੇ ਅੰਦਰ ਹੀ ਕਰਤਾ ਇਹ ਪੰਜੇ ਅੰਦਰ ਬੈਠੇ ਨੇ ਇਹ ਅਨੁਸਾਰ ਨਾਲ ਦੀ ਨਾਲ ਉੱਠੀ ਜਾ ਰਹੀ ਇਹਨੂੰ ਪਤਾ ਨਹੀਂ ਚੱਲਦਾ ਤਾਂ ਸਤਿਗੁਰੂ ਜੀ ਦੇ ਨਿਵਰ ਭਜਨ ਪ੍ਰਸਾਦ ਦੇ ਪੰਜ ਜਨਾ ਸਭ ਸੰਗ ਦਾ ਛੋੜ ਕੇ ਅਨੰਦ ਅਹਮ ਬੋਧ ਪਾਤੇ ਕਹਿੰਦੇ ਹੰਕਾਰ ਪੰਜਾਂ ਹੁੰਦਾ ਪੰਜਾਂ ਨੂੰ ਸੁੱਕਿਆ ਨਹੀਂ ਅਗਲੀ ਪਾਉਂਦੀ ਕਿ ਸਤਿਗੁਰੂ ਜੀ ਦੇ ਪਿਆਰੇ ਇਹਨੂੰ ਦੇ ਨਿਵਰ ਨਾ ਕਰਾਈ ਜੇ ਤੂੰ ਕਹੇ ਮੈਂ ਪਰਮੇਸ਼ਰ ਨੂੰ ਮਿਲਣਾ ਜਿੱਦਾਂ ਮੇਰੇ ਰੱਜਿਆ ਲੋ ਮੈਂ ਇਹ ਕਰਮਾਂ ਲੇਖਾ ਹਾਰ ਕੇ ਗੁਰਸਵਾਮੀ ਦੇ ਦੁਆਰੇ ਦੀਜੇ ਗੁਰੂ ਨੂੰ ਦਿੱਤਾ ਹਾਰ ਕੇ ਗੁਰਸਵਾਮੀ ਦੇ ਦੁਆਰੇ ਤੇ ਇਹ ਬੇਨਤੀ ਕਰੇ ਇਸ ਸੱਚੇ ਪਾਤਸ਼ਾਹ ਨੇ ਤਾਂ ਸੰਸਾਰ ਨੂੰ ਵੀ ਕਰਿਆ ਕਿ ਤੇ ਆਉਣ ਹਮਾਰੇ ਦਇਆ ਕਰੋ ਇਸ ਮਿਹਰ ਪਾਵੋ ਬੰਦੇ ਪਤਨ ਪਾ ਕੁਝ ਸਭ ਦੇ ਨਾਲ ਦੱਸੇ ਨੇ ਸਤਿਗੁਰੂ ਜੀ ਨੇ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਵਾਇਆ ਕਉ ਮਾਨ ਹਮ ਨਿਜ ਕਰਵਾ ਸਭ ਪ੍ਰੇਮ ਦੀ ਆਪੋ ਸਭ ਜਿਸ ਮਨੁੱਖ ਦੇ ਅੰਦਰ ਜਾਪ ਨਹੀਂ ਹੈ ਬਾਣੀ ਦਾ ਜਾਪ ਨਹੀਂ ਕਰਦਾ ਤਾਂ ਹੁੰਦਾ ਔਖੇ ਹੋ ਕੇ ਗੁਰੂ ਦੀ ਬਾਣੀ ਬਾਣੀ ਸਿਮਰਨ ਕਰਨਾ ਔਖੇ ਹੋ ਕੇ ਉਹਦੇ ਲਈ ਤਪੱਸਿਆ ਤਪ ਸਾਧ ਨਾ ਕਰਨਾ ਸੰਜਮ ਹੁੰਦਾ ਇੰਦਰੀਆਂ ਦਾ ਸੰਜਮ ਸਾਰਾ ਸਮਾਂ ਆਪਣਾ ਸੰਸਾਰ ਨੂੰ ਦੇਖਦੀਆਂ ਹੈ ਸਾਰਾ ਸਮਾਂ ਕਾਲ ਜਿਹੜੇ ਆ ਸੰਸਾਰੀ ਗੱਲਾਂ ਨਾਲ ਸੁਣਦੇ ਰਹੇ ਸਾਰਾ ਸਮਾਂ ਜਿਹੜਾ ਜੀਵ ਸੰਸਾਰੀ ਗੱਲਾਂ ਨਾਲ ਕਰ ਦਿੰਦੇ ਇਹ ਸੰਜਮਿਆ ਜਿਹੜਾ ਇੰਦਰੀਆਂ ਦਾ ਸੰਜਮ ਹੈ ਇਹ ਵੀ ਜ਼ਰੂਰੀ ਹੈ ਕਿੰਨੇ ਘੰਟੇ ਬਾਣੀ ਪੜ੍ਹਨੀ ਕਿੰਨੇ ਘੰਟੇ ਸੰਸਾਰ ਨਾਲ ਗੱਲਾਂ ਕਰਨੀ ਕਿੰਨੇ ਘੰਟੇ ਸੰਸਾਰ ਨੂੰ ਕਹਿੰਦੇ ਆ ਕਿੰਨੇ ਘੰਟੇ ਰੱਬ ਨੂੰ ਕਹਿੰਦੇ ਇਹ ਸੰਜਮ ਹੈ ਜਿਹੜਾ ਜੇ ਢਾਈ ਘੰਟੇ ਚੌਵੀ ਘੰਟਿਆਂ ਤੋਂ ਢਾਈ ਘੰਟੇ ਰੱਬ ਦੀ ਬਾਣੀ ਪੜ੍ਹਨੀ ਇਹ ਇੰਦਰੀਆਂ ਦਾ ਸੰਜਮ ਹੈ ਟਾਈਮ ਟੇਬਲ ਬਣਾਇਆ ਜਦ ਤੱਕ ਸੰਜਮ ਇਹ ਤਿੰਨ ਗੱਲਾਂ ਕਿਸੇ ਮੁਲਕ ਦੇ ਅੰਦਰ ਹੋਣ ਤਾਂ ਧਰਮ ਉਹਦੇ ਟਿਕਾਣੇ ਜਾ ਕੇ ਉੱਥੇ ਧਰਮ ਖੜਾ ਹੋ ਜਾਵੇ ਜਦ ਤੱਕ ਸੰਜਮ ਧਰਮ ਇਹ ਜਾਤ ਦੀਆਂ ਹੋਣ ਤੋਂ ਉਹ ਬਾਅਦ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਜਾਤ ਦੀਆਂ ਕਿਸੇ ਮੁਲਕ ਦੇ ਅੰਦਰ ਪ੍ਰਕਾਟ ਹੋਣ ਤਾਂ ਉਹ ਸਾਧ ਦੀ ਸੇਵਾ ਕਰਨ ਨੂੰ ਭੁੱਲ ਜਾਂਦਾ ਵੀ ਸਾਧ ਦੀ ਸੇਵਾ ਕਰਕੇ ਸਰਕਾਰੀ ਕੋਰਸ ਪਾ ਦਿੰਦੇ ਸੇਵਾ ਸਾਧ ਨਾਲ ਜਾਣੇ ਹਟਾਇਆ ਕਉ ਖਾਨ ਕਹਾ ਬੀਜ ਕਰਮਾ ਸਭ ਪ੍ਰੇਮ ਦੀ ਆਪੋ ਸਭ ਸਤਿਗੁਰੂ ਜੀ ਤਾਂ ਬੀਜ ਕਰਮਾਂ ਵਾਲੇ ਹੀ ਸਨ ਪਰ ਉਹਨਾਂ ਨੇ ਸਾਨੂੰ ਸਿਖਾਲਿਆ ਵੀ ਜੇ ਗੱਲਾਂ ਵੀ ਤੁਹਾਡੇ ਮਨੁੱਖ ਦੇ ਬੀਜ ਕਰਨੀ ਇਹ ਗੱਲਾਂ ਜ਼ਰੂਰ ਮਨੁੱਖ ਦੇ ਅੰਦਰ ਸੋ ਸਭ ਤੋਂ ਵੱਡੀ ਗੱਲ ਹੈ ਸਤਿਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਤੁਹਾਨੂੰ ਪਹਿਲਾਂ ਭਾਈ
ਦੇ ਮਹਾਰਾਸ਼ਟਰ ਸਾਹਿਬ ਵਿੱਚ ਆਏ, ਉਹਨਾਂ ਨੇ ਧਰਮ ਨੂੰ ਖੜਾ ਕੀਤਾ, ਭਾਈ ਸੱਚ ਧਰਮ ਤੇ ਬੋਲੀਏ, ਸੱਚ ਧਰਮ ਨੂੰ ਝੂਠ ਨਾ ਬੋਲੀਏ, ਜੋ ਕੋਈ ਦੱਸੇ ਬਾਣੀ ਹੋਈ ਤਾਂ ਬੋਲੀਏ। ਧਰਮ ਕਹਿੰਦੇ ਸੱਚ ਨੂੰ, ਜਿਹੜਾ ਸੱਚ ਨੂੰ ਬੋਲਦਾ ਧਰਮ ਤੇ ਧਰਮ ਜਿਹੜਾ ਉਹ ਧਰਮੀ ਹੋਵੇ। ਸੱਚ ਦਾ ਨਾਮ ਧਰਮ, ਜਿਹੜਾ ਪੁਰਸ਼ ਸੱਚ ਤੇ ਖੜਾ ਉਹ ਧਰਮੀ ਹੈ। ਦੂਜੀ ਗੱਲ, ਜਿਹੜਾ ਪੁਰਸ਼ ਦਾ ਸਿਰ ਦਾ ਦੂਜੇ ਨੂੰ ਦੇਖ ਕੇ ਪਕੜਦਾ ਨਹੀਂ ਨਾ, ਉਹਦੇ ਪੱਲੇ ਵਿੱਚ ਧਰਮ ਨਹੀਂ ਹੈ। ਤੌਲ ਧਰਮ ਦਇਆ ਦਾ ਪੁੱਤ, ਕਹਿੰਦੇ ਦਇਆ ਦਾ ਪੁੱਤਰ ਹੈ ਜਿਹੜਾ ਧਰਮ, ਜਿਸ ਨੂੰ ਮੰਗਦਾ ਹੈ ਦਾ ਨਾਮ ਹੈ, ਉਹਦੇ ਅੰਦਰ ਗੁਰਬਾਣੀ ਦੇ ਵੀਰ ਖੁੱਲ ਜਾਂਦੇ। ਨਹੀਂ ਤਾਂ ਗੁਰਬਾਣੀ ਜਿੰਨਾ ਮਾਤੀ ਕੋਲ ਪੜ੍ਹੀ ਜਾਵੇ। ਸਤਿਗੁਰੂ ਜੀ ਕਹਿੰਦੇ ਦਿਲ ਦੇ ਜੇਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸਤਿਗੁਰ ਦਾ ਕੁੜਿਆਣ ਦੇ ਕੁਲਾਸ, ਕੋਈ ਬਰਸਰ ਕਰ ਚੱਲ ਕਰਦੇ ਉੱਥੇ ਜਾਏ ਬਹਿ ਕੁੜਿਆਣ ਪਾਸ। ਰਾਸ ਲੱਗਦੀ ਹੈ ਉੱਥੇ ਸ਼ਿਵਜੀ ਮਹਾਰਾਜ ਨੇ ਵਸਾ ਕੇ ਤਾਂ ਉੱਥੇ ਖੂਹ ਬਣਾ ਦਿੱਤਾ, ਜਿਹਨਾਂ ਮਹਾਂਪੁਰਸ਼ਾਂ ਨੂੰ ਜਾਂਦਾ ਹੁੰਦਾ ਸੀ। ਜਦੋਂ ਘਰਦਿਆਂ ਪਿੰਡ ਦੇ ਪਿੰਡ
ਤੇ ਤੂੰ ਸਤਿਖੰਡ ਨੂੰ ਜਾਣਿਆ ਨਹੀਂ ਚਾਹੁੰਦਾ, ਉਹ ਕਹਿੰਦਾ ਨਹੀਂ ਵਿਧੀ ਪ੍ਰਧਾਨ ਹੈ ਇਹ ਜਿਹੜਾ ਪਰਮੇਸ਼ਵਰ ਦਾ ਵਿਧੀ ਪ੍ਰਧਾਨ ਹੈ, ਇਹ ਤਾਂ ਵਿਸਾਰੀ ਨੂੰ ਜਾਂ ਪੁੱਠੇ ਨੂੰ ਕਰਕੇ ਵਿਰਾਸਤ ਮੰਗੂਗੀ, ਅਸੀਂ ਤੇ ਸਤਿਖੰਡ ਨੂੰ ਚਲੇ ਜਾਓ। ਜਿਹੜੇ ਗੁਣੀ ਲੋਕ ਹੋਣਗੇ ਡੰਬਾ ਕਰਨ ਵਾਲੇ ਲਾਗਾਂ ਨੂੰ ਚਲੇ ਜਾਣ, ਇਹ ਪ੍ਰਧਾਨ ਨਹੀਂ ਹੈ, ਦੁਨੀਆਂ ਦਾ ਸਾਰਾ ਪ੍ਰਧਾਨ ਹੈ ਗੁਰੂਗਾ। ਲੋਕ ਅੱਗੇ ਪੁੱਠੇ ਕੰਮ ਕਰਨ ਤੁਰੇ ਉੱਥੇ, ਜਿਹੜਾ ਪੁੱਠੇ ਕੰਮ ਕਰ ਕੇ ਵਿਰਾਸਤ ਮੰਗ ਜਾਵੇ ਉਹ ਸਤਿਖੰਡ ਪੜਾ ਦੇ, ਤੇਰਾ ਪ੍ਰਧਾਨ ਨਹੀਂ ਹੈ, ਪ੍ਰਧਾਨ ਨੂੰ ਵੀ ਉਹਦਾ ਕੋਈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਾਲ ਕਾਲੇ ਸੰਤੋਂ ਦੇ ਨਾਨਕ ਰਾਹ ਪਛਾਣੇ।
ਨਹੀਂ ਬਣ ਸਕਦਾ। ਜਦੋਂ ਆਪਣੇ ਕੰਮ ਦੀ ਕਮਾਈ ਕਰਨੀ ਹੋਊਗੀ ਤਾਂ ਜਾ ਕੇ ਪਰਮੇਸ਼ਵਰ ਦੇ ਜਾ ਕੇ ਸਮਾਉਂਗਾ। ਸਭ ਤੋਂ ਪਹਿਲੀ ਵੱਡੀ ਗੱਲ ਹੈ ਭਾਈ ਆਪਣਾ ਦੇਸ਼ ਧਰਮ ਦੇ ਪ੍ਰਸ਼ਾਦ ਹੁੰਦੇ ਨੇ ਸਮਾਂ ਜਾ ਰਿਹਾ ਪੰਜ ਸੈਂਚੁਰੀ ਲੜਨੇ ਪ੍ਰਸ਼ਾਦ
ਸਾਹਿਬ ਵਾਸਤੇ ਦਾਸ ਸਿੰਘ ਨੇ ਮਹਾਂਪੁਰਸ਼ਾਂ ਨੂੰ ਬੈਠਾ ਸੀ। ਉਹ ਇੱਕ ਬੰਦਾ ਕਹਿੰਦਾ ਬਾਬਾ ਜੀ ਮੈਂ ਮਸਾਲੇ ਮਹਾਂਪੁਰਸ਼ ਆਓ ਮੇਰਾ ਵੀ ਕਿਰਪਾ ਮੈਨੂੰ ਦਰਸ਼ਨ ਪਿਆ ਹੋਇਆ ਸੀ ਧੁੱਪ 'ਚ। ਇੱਕ ਸਿੰਘ ਆ ਕੇ ਕਹਿੰਦਾ ਮੈਂ ਬਾਬਾ ਜੀ ਮੁੰਡਾ ਮੰਗਦਾ ਹੈ ਕੁੜੀ ਮੰਗਦੇ ਜੀ। ਉਹ ਸੰਤ ਕਹਿੰਦੇ ਮੰਗਦੇ ਤਾਂ ਕੀ ਹੋਇਆ ਮੁੰਡਾ ਕਹਿ ਤੂੰ ਮੁੰਡਾ ਜੀ ਹੋਇਆ ਸੀ ਮੁੰਡੋ ਤੇਰੇ ਵਾਲ ਆਏ ਆ। ਸਾਡੇ ਸਿੱਖ ਧਰਮ ਪਾਠੀ ਕਮਾ ਮੰਗੇ ਤੈਨੂੰ ਕਿਹੜਾ ਹੁੰਦੇ ਸੀ
ਕਰਦੀ ਹੈ ਬਹੁਤ ਵੱਡੀ ਸੋਭਾ ਹੈ ਸੰਸਾਰ ਵਿੱਚ ਜਿੱਥੇ ਜਿੱਥੇ ਕੋਈ ਸਥਾਨ ਹੈ ਉਹ ਸਦਾ ਪਾਣੀ ਜਲ ਪਾਣੀ ਹਰੇਕ ਦੀ ਸੇਵਾ ਇਹ ਸਿੱਖ ਧਰਮ ਦੇ ਸਭ ਤੋਂ ਵੱਡਾ ਦਾ ਇਸ ਕਰਕੇ ਗੁਰੂ ਪਿਆਰਿਓ ਸਤਿਗੁਰੂ ਦੀ ਕਿਰਪਾ ਕਰਨ ਜੋ ਪਰਸਾਂ ਹੋਏ ਕਿਰਨ ਪਾਠ ਪ੍ਰਾਰੰਭ ਕੀਤੇ ਸੀ ਉਹਦੇ ਬਾਅਦ ਹੋਰ ਮਨਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਜਿੰਨੀ ਮਨ ਉਹਦੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ ਕਿਉਂਕਿ ਬਾਣੀ ਦੇ ਆਰਥ ਨਹੀਂ ਕੋਈ ਕਰ ਸਕਿਆ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਵੇਲੇ 48 ਸਿੱਖਾਂ ਨੂੰ ਅਰਥ ਸੁਣਾਏ ਸੀ 48 ਸਿੱਖਾਂ ਵਿੱਚੋਂ ਦੋ ਸਿੱਖ ਭਾਈ ਮਾਈ ਸਿੰਘ ਤੇ ਬਾਬਾ ਦੀਪ ਸਿੰਘ ਉਹ ਸਾਧਕਾਂ ਦੇ ਚੱਜ ਦਾ ਹੁੰਦਾ
ਘਰਦੇ ਆ ਨਕਮਾ ਕਰਕੇ ਬੈਠੇ ਆ ਸਾਡੇ ਕੋਲ ਅਸੀਂ ਕਰਨਾ ਚਾਹੀਦਾ ਇਹ ਬਾਬਾ
ਮਾਂ ਦੇਵ ਦੀ ਮਸਾਲੀ ਗੱਡੀ ਰੱਖੀ ਚਲਦੇ ਸੀ, ਨਾ ਕੋਈ ਉਹਦਾ ਰਾਹ ਰੱਖਦੇ ਸੀ, ਨਾ ਗੱਡੀ ਦੀ ਕੋਈ ਇੱਛਾ ਸੀ ਬਹੁਤੀ। ਉਹਨਾਂ ਨੇ ਫਿਰ ਜਦੋਂ ਪਾਤਰ ਦੇ ਮਹਾਰਾਜ ਗੱਦੀ ਦੇ ਬੈਠੇ ਤੇ ਉਹਨਾਂ ਨੇ ਫਿਰ ਆਪਣੇ ਭਰਾ ਦੇ ਫੈਸਲਾ ਚ ਕੀਤਾ, ਇਹ ਪਿਤਾ ਇੱਕ ਸੀ ਹਮ ਬਾਲ, ਤੂੰ ਅਸੀਂ ਤੇਰਾ ਮੇਰਾ ਇੱਕੋ ਹੀ ਪਿਤਾ ਹੈ, ਇੱਕੋ ਦੇ ਪੁੱਤਰ ਮੈਂ ਪੁੱਤਰ, ਤੂੰ ਮੇਰਾ ਪੜਾਈ, ਤੂੰ ਮੇਰਾ ਵੱਡਾ ਗੁਰੂ ਵੀ ਲੱਗਦਾ, ਤੂੰ ਮੇਰਾ ਗੁਰੂ ਵੀ ਹੈ, ਮੈਂ ਮਹਾਂਪੁੱਤਰ ਗੱਦੀ ਦੇ ਗੁਰੂ ਵੀ ਸੁਣ ਮਿਲਦਾ ਕਿ ਉਹ ਹਮਾਰਾ ਬਲ ਬਲ ਜਾਸੀ ਹਮਾਰਾ ਮੇਰਾ ਜੀਵ ਆਤਮਾ ਪਰਿਵਾਰ ਜਾਂਦੀ ਹੈ ਤੇ ਮੈਨੂੰ ਪਰਮੇਸ਼ਵਰ ਦੇ ਦਰਸ਼ਨ ਸੁਣ ਮਿਲਦਾ ਪੂਰੀ ਗੋਬਰ ਜਾਈ ਇਹ ਮਤ ਤੇਰਾ ਪਾਈ ਮੈਂ ਤੇਰੀ ਧੂੜੀ ਤੋਂ ਪ੍ਰਸਾਦ ਜਾਂਦਾ ਅੱਜ ਤਾਂ ਮਹਾਂਪੁਰਸ਼ਾਂ ਤੋਂ ਮੱਥਾ ਟੇਕਣ ਮਿਲੀਆਂ ਪਰੇ ਨੂੰ ਜਾਂਦੀ ਹੈ ਗੁਰਮੁਖੋ ਬਾਬੇ ਫਰੀਦ ਨੇ ਕਿਹਾ ਤੇ ਪੈਰਾਂ ਨੂੰ ਚੁੰਮੋ ਬਾਬੇ ਫਰੀਦ ਮੁਸਲਮਾਨ ਨਹੀਂ ਮੱਥ ਟੇਕਦੇ ਕਿਸੇ ਨੂੰ ਜਿਹੜੇ ਮੁਸਲਮਾਨ ਦਾ ਉਹ ਮੋੜਾ ਤਾਂ ਘਰ ਹੋਵੇ ਥਾਪੜਾ ਦੇ ਦਿਓ ਥੱਲੇ ਨੂੰ ਦੇ ਦਿਓ ਲਾਸ ਮੁਲਕੀ ਸ਼ਰੀਫਾਂ ਅਲੇਸੀਆਂ ਵਾਲੇ ਮਹਾਂ ਸੂਰਤੀ ਫਕੀਰ ਹੈ ਬਾਬੇ ਫਰੀਦ ਸਾਹਿਬ ਜੀ ਨੇ ਲਿਖਿਆ ਦਿਲੋਂ ਮੁਹੱਬਤ ਫਿਰ ਸਹੀ ਸਕਿਆ ਤੇ ਮਨ ਹੋਰ ਮਨੋਰ ਸਿੱਖਾਂਗੇ ਪਸਾਦਾ ਸੱਚ ਬਾਬੇ ਫਰੀਦ ਸਾਹਿਬ ਦੀ ਬਾਣੀ ਜਿਹਨੀ ਪਸਾਦਾ ਸੱਚ ਚੂਹਾ ਪੈਰ ਹੋਇਆ ਬਾਬੇ ਦੇ ਖਾਸ ਧੰਨ ਗੁਰੂ ਨੇ ਦਿੱਤਾ ਧੰਨ ਗੁਰੂ ਨੇ ਦਿੱਤਾ
ਤਾਂ ਕਿ ਤੇਰਾ ਹੈ ਹੀ ਜੇ ਤੇਰਾ ਹੋਵੇ ਤਾਂ ਦੇਵੇ ਗੁਰਬਾਣੀ ਨੂੰ ਤੇਰੇ ਪਾਸੇ ਕਹਿੰਦੀ ਹੈ ਨਾ ਮਨ ਤੇਰਾ ਨਾ ਕੰਨ ਤੇਰਾ ਨਾ ਮਨ ਤੇਰਾ ਤੇਰਾ ਕੀ ਹੈ ਕੀ ਦਊਗਾ ਆਪਣੀ ਚੀਜ਼ ਦੇ ਉਹਦੇ ਦਰ ਮਹਾਂਪੁਰਸ਼ਾਂ ਨੂੰ ਕਹਿੰਦੀ ਉਹ ਕਹਿੰਦੀ ਸਿੱਖ ਨੇ ਕੀ ਦੇਣਾ ਇਹ ਕਹਿੰਦੇ ਸਿੱਖ ਨੇ ਦੇਣਾ ਕਹਿੰਦੇ ਕੀ ਦੇਣਾ ਕਹਿੰਦੇ ਧਰਮਾ ਧਰਮ ਦੂਜਾ ਕਹਿੰਦੇ ਸਿੱਖ ਨੇ ਕੀ ਦੇਣਾ ਆਪਣਾ ਹੀ ਨਹੀਂ ਉਹ ਮਹਾਂਪੁਰਸ਼ ਕਹਿੰਦੇ ਗੁਰਪੁਰ ਸਿੱਖ ਨੇ ਨਾ ਕੁਛ ਦੇਣਾ ਨਾ ਕੁਛ ਲੈਣਾ ਅੰਦਰ ਜਿਹੜੀ ਲੈਣ ਦੇਣ ਕਰਨ ਵਾਲੀ ਗੱਲ ਹੈ ਨਾ ਖਤਮ ਕਰ ਗਈ ਇਹਦੇ ਆਪਣਾ ਅੰਦਰ ਰਹੇਗਾ ਹਰ ਪ੍ਰਸਾਦ ਤੋਂ ਆਪਣਾ ਜੀਵ ਤੇਰੇ ਅੰਦਰ ਜਵਾਬ ਸਵਾਲ ਕਰਨ ਵਾਲੀ ਗੱਲ ਰਹੇਗੀ ਜਾਂ ਸਿਰ ਦੇਵਤਾ ਸਿਰ ਵੱਢ ਕੇ ਰੱਖਦੇ ਹੋ ਬੰਦਾ ਬੋਲਣਾ ਵੀ ਜਾਂਦਾ ਦੇਖਣਾ ਵੀ ਜਾਂਦਾ ਤਾਂ ਪਹਿਲਾਂ ਸੁਣਾਉਣਾ ਵੀ ਜਾਂਦਾ ਜਾਂ ਸਿਰ ਨੂੰ ਦੇਵਤਾ ਵੀ ਕਿਸੇ ਨਹੀਂ ਕਹੇ ਕਿ ਜਵਾਬ ਸਵਾਲ ਤੋਂ ਮਜ਼ੇ ਕਰਦਾ ਜਾਂ ਜੇ ਜਿੰਦਾ ਜਦ ਮਾਲੇ ਦਾ ਜਵਾਬ ਸਵਾਲ ਕਰਨ ਦੀ ਗੱਲ ਰਹਿੰਦੀ ਹੀ ਨਹੀਂ ਜਾਂ ਮਾਲੇ ਸਿਰ ਦਾ ਮੈਂ ਉਹ ਨਾਨਕ ਸਾਹਿਬ ਨੂੰ ਅਸੀਂ ਮਾੜਾ ਚਰਨ ਪਾਉ ਕਹਿੰਦੇ ਚਰਨਾ ਵਧੀਆ ਆਪਣੀ ਚੀਜ਼ ਸਮਝੇ ਉਹ ਕਹਿੰਦੀ ਮੇਰੇ ਤਨ ਮਨ ਤਾਂ ਕਹਿੰਦੇ ਤੇਰੇ ਹੈਗੇ ਤੇਰੇ ਆਪਣੀ ਦੇ ਉਹ ਕਹਿੰਦੇ ਵੀ ਮਾਰ ਮੈਂ ਕੀ ਦੇ ਸਕਦਾ ਕਹਿੰਦੇ ਜਵਾਬ ਨਾਲ ਬੋਲਿਆ ਨਾ ਮੈਂ ਇਹ ਕੰਮ ਕਰਦਾ ਜਾਵੇ ਜਾਣੇ ਮੈਂ ਇਸ਼ ਕਰਤਾ ਤਾਂ ਮੈਂ ਗਰਭ ਹੋਣਾ ਮੈਂ ਤਾਂ ਕੀਤਾ ਪੱਕੇ ਤੇ ਕੰਮ ਸਾਰੇ ਕਰ ਦੇ ਨਾਮ ਸੁਣ ਲਓ ਪੜ੍ਹ ਲਓ ਫਿਰ ਮੈਂ ਦਾਨ ਕੀਤਾ ਦੱਸੋ ਗੁਰੂ ਨੂੰ ਦਾਨ ਪਰ ਦਾਨੀ ਨੂੰ ਦਾਤੇ ਨੂੰ ਦਾਨ ਨਹੀਂ ਕਰ ਸਕਦਾ ਭਖਾਰੀ ਦਾਨ ਕਰ ਸਕਦਾ ਜਗਤ ਭਖਾਰੀ ਕਰਤਾ ਹੈ ਸਭ ਕੋ ਦਾਤਾ ਇਹ ਗੁਰਦੁਆਰੇ ਸੀ ਇੱਥੇ ਲਗੇ ਹੋਏ ਕਹਿੰਦੇ ਦਾਨੀ ਸੱਜਣਾ ਦੇ ਨਾਮ ਦੱਸੋ ਦਾਤੇ ਨੂੰ ਕੌਣ ਦਾਨ ਕਰ ਸਕਦਾ ਸੰਸਾਰ ਵਿੱਚ ਮਹਾਰਾਜਾ ਹੋਵੇ ਪਰਮੇਸ਼ਰ ਦਾ ਭਖਾਰੀ ਹੈ ਸਭ ਦਾਤੇ ਮੰਗਦੇ ਦਾਤੇ ਨੂੰ ਮੰਗਦੇ ਤੂੰ ਦਾਤਾ ਮੰਗਣ ਪੁਰਸ਼ਾਂ ਦੀ ਦਾਤ ਦੇ ਪ੍ਰਭਾਵ ਕਹਿੰਦਾ ਅਵਰ ਕਹਿੰਦਾ ਅਵਰ ਆਜਾਦ ਚਲ ਮਾਰੇ ਕਹਿੰਦੇ ਜਨ ਵਿੱਚ ਰਾਓ ਰੰਗ ਕਰ ਰਹੀ ਰਾਓ ਰੰਗ ਕਰ ਇੱਕ ਸਿੰਘ ਵਿੱਚ ਰਾਜਾ ਭਖਾਰੀ ਇਹ ਖਾਣੀ ਤੇ ਰਾਜ ਕਰਾ ਰਾਜਾ ਨੇ ਭਖਾਰੀ ਕਰ ਮੂਰਤ ਤੇ ਮੰਡਤ ਕਰ ਲੋ ਮੰਡਤ ਦੀ ਮੂਰਤ ਆ ਗਈ ਕਹਿੰਦੇ ਗੁਰਪੁਰਬ ਕਹਿੰਦੇ ਮੇਰਾ ਕੁਛ ਨਹੀਂ ਤੇਰੇ ਅੰਦਰ ਜਿਹੜੀ ਮੈਂ ਵਾਲੀ ਗੱਲ ਖਤਮ ਹੋਣੀ ਚਾਹੀਦੀ ਜਿਸ ਵੇਲੇ ਖਤਮ ਹੋ ਗਿਆ ਨਾ ਸਿਰ ਗੁਰੂ ਨੂੰ ਰੱਖ ਦਿੱਤਾ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਾਂ ਹੀ ਸਿਰ ਲਿਆ ਸੀ ਸਿਰ ਜਵਾਬ ਸਵਾਲ ਹੁੰਦਾ ਸਿਰ ਰੱਖਦਾ ਅਮਰੀ ਦੱਸਦਾ ਹੈ ਜਿਹਨਾਂ ਦੇ ਜਵਾਬ ਸਵਾਲ ਕਰਨਾ ਅਮਰ ਦੀ ਦਾਤ ਨਹੀਂ ਮਿਲਦੀ ਜੇ ਗੁਰੂ ਤੇ ਸਾਸਾ ਕਰਨਾ ਅਮਰ ਦੀ ਦਾਤ ਨਹੀਂ ਮਿਲਦੀ ਬਹੁਤ ਸਾਸਾ ਕਰਕੇ ਬੈਠੇ ਗੁਰੂ ਗੋਬਿੰਦ ਸਿੰਘ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ ਦੱਸੋ ਤੁਸੀਂ ਕੀ ਲੈਣਾ ਬਾਣੀ ਹੈ ਕਿ ਨਹੀਂ ਤੁਸੀਂ ਰੱਬ ਦਾ ਨਾਮ ਲਓ ਬਾਣੀ ਪੜ੍ਹੋ ਜਾਂ ਤੁਹਾਨੂੰ ਗੁਰੂ ਨੇ ਕੋਲੋਂ ਕੀ ਤਾਂ ਆਪੋ ਸਿੱਖ ਸਤਿਗੁਰ ਦੇ ਪਿਆਰ ਨੂੰ ਆਪੋ ਸਿੱਖ ਦੀ ਬਾਣੀ ਤੁਸੀਂ ਕਿਆ ਕਰਤਾਰ ਨੂੰ ਕੀ ਲੈਣਾ ਕੋਈ ਜਿਹੜਾ ਵਾਲਾ ਨਹੀਂ ਹੋਇਆ ਵਾਲਾ ਹੋਇਆ ਹੀ ਦੱਸੋ ਨਹੀਂ ਹੋਇਆ ਤੁਹਾਨੂੰ ਕੀ ਉਹ ਬਾਬਾ ਹਰੀ ਸਿੰਘ ਦਾ ਆਵਾਜ਼ ਆਇਆ ਉਹ ਕਹਿੰਦੇ ਉੱਥੇ ਬਾਹਰ ਲੈਣ ਚ ਗਏ ਵਾਲਾ ਹੋਇਆ ਨਹੀਂ ਧੰਨ ਹੀ ਹੋਇਆ ਉਹਦੇ ਹੋਇਆ ਕਿ ਭਾਈ ਗੁਰਦਾਸ ਸਿੰਘ ਦੇ ਜੈਨ ਨੂੰ ਕਹਿੰਦੇ ਗੁਰੂ ਬਾਬਾ ਦਾ ਨਾਮ ਹੋਇਆ ਕਿਉਂ ਹੋਇਆ ਗੁਰੂ ਨਾਨਕ ਹੋਇਆ ਕਿ ਹੋਇਆ ਇਹ ਬਾਜਾ ਮੇਰੇ ਭਾਈ ਦੀ ਜ਼ਿੰਦਗੀ ਹੈ ਮੇਰਾ ਨਾਮ ਹੈ ਇਹ ਮੇਰਾ ਨਾਮ ਹੈ ਇਹ ਬਾਜਾ ਗੁਰੂ ਨਾਨਕ ਸਾਹਿਬ ਸਭ ਤੋਂ ਪਹਿਲਾਂ ਸਿੱਖ ਗੁਰੂ ਨਾਨਕ ਦਾ ਜੜ ਹੋਇਆ ਦਸ ਸਾਹਮਣੇ ਸਿੱਖੀ ਜੜ ਨਹੀਂ ਲਿਖੀ ਹੈ ਸ਼ੇਰਾਂ ਨੇ ਬਾਕੀ ਕੌਮਾਂ ਦੀ ਸਿੱਖੀ ਲਿਖੀ ਹੈ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਨਾਨਕ ਦਾ ਸਿੱਖ ਜੜ ਹੋਇਆ ਤੇ ਦਸਾਂ ਪਾਤਸ਼ਾਹੀ ਨੂੰ ਗੁਰਗੱਦੀਆਂ ਤੇ ਜੱਗਾਂ ਦੇ ਹੱਥ ਲਿਆ ਬਾਬੇ ਬੁੱਢੇ ਦੇ ਪਰਿਵਾਰ ਨੇ ਦਸਾਂ ਪਾਤਸ਼ਾਹੀਆਂ ਦਾ ਗੁਰਗੱਦੀਆਂ ਦੇ ਹੱਥ ਲਿਆ ਮਹਾਂਪੁਰਸ਼ਾਂ ਦੇ ਵੀ ਦਸ ਨੇ ਸਿੱਖੀ ਜੱਟ ਲਈ ਹੈ ਸ਼ੇਰਾਂ ਨੇ ਬਾਕੀ ਕੌਮਾਂ ਦੀ ਬਾਕੀ ਕੌਮਾਂ ਦੀ ਸਿੱਖੀ ਹੈ ਭਾਈ ਜੀ
ਦਾਲ ਜੋੜਨਾ ਆਪ ਦਵਾਈ ਮੰਗਣੇ ਦਾ ਕਰਵਾਉਣੀ ਪੈਂਦੀ ਹੈ, ਸਵਾਦ ਸਵੂਦ ਨਹੀਂ ਆਉਂਦਾ, ਕਿਤੇ ਬਾਣੀ ਕਮੇਟੀ ਕਰਦੀ ਨਹੀਂ ਹੈਗੀ, ਦੇਖਣੀ ਚਾਹੀਦੀ ਹੈ, ਸਵਾਦ ਸਵੂਦ ਨਹੀਂ ਆਉਂਦਾ। ਸਵਾਦ ਮਿਲ ਜਾਵੇ ਤਾਂ ਮਹਾਂਪੁਰਸ਼ਾਂ ਦੀ ਕਿਰਪਾ ਹੋ ਜਾਵੇ। ਜੇ ਉਹ ਕਹੇ ਵੀ ਗੁੜ ਮਿੱਠਾ, ਕਹਿੰਦੇ ਗੁੜ ਨਹੀਂ ਬਣਿਆ, ਆਪਣੇ ਸਾਲ ਲੱਗ ਗਿਆ ਗੁੜ, ਉਹਦੀ ਮਿਹਨਤ ਕਰਕੇ ਫਿਰ ਮਾੜਾ ਬੰਦਾ ਗੁੜ ਬਣਾ ਨਹੀਂ ਸਕਦਾ।
ਜਿਹੜੀ ਮਾਇਆ ਪੁਰਖਾਂ ਦੀ ਕੜੀ ਹੈ, ਇਹ ਸਾਰੀ ਮਾਇਆ ਪ੍ਰਧਾਨ ਸਭ ਆਪਣੇ ਖਜ਼ਾਨੇ ਪਾ ਲੈਣ, ਸਤਿਗੁਰੂ ਦੀ ਕਿਰਪਾ ਕਰ ਸਾਨੂੰ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ।